ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ ਪੰਜਾਬ ਜੀਕੇ ਦੇ ਨਾਲ ਰਿਲੇਟਡ ਕੁਝ ਇੰਪੋਰਟੈਂਟ MCQ ਦਾ ਪਾਰਟ 4 ਹਾਂਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਅਸੀਂ ਪੰਜਾਬ ਜੀਕੇ ਦੇ ਨਾਲ ਰਿਲੇਟਡ 1000 ਕੁਐਸਚਨ ਦੀ ਸੀਰੀਜ਼ ਸਟਾਰਟ ਕੀਤੀ ਹੈ ਜਿਸ ਦਾ ਅਸੀਂ ਅੱਜ ਪਾਰਟ 4 ਕਰਨ ਜਾ ਰਹੇ ਹਾਂ ਜੇਕਰ ਤੁਸੀਂ ਪੰਜਾਬ ਦੇ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਤਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਜੋ ਪੰਜਾਬ ਦੇ ਨਾਲ ਰਿਲੇਟਡ ਜਿੰਨੇ ਵੀ ਤੁਹਾਡੇ ਸਬਜੈਕਟਸ ਬਣ ਸਕਦੇ ਨੇ ਜਿਵੇਂ ਇਕਨੋਮਿਕਸ ਜੀਓਗ੍ਰਾਫੀ ਪੰਜਾਬ ਦੀ ਹਿਸਟਰੀ ਠੀਕ ਹੈ ਜੋ ਅਸੀਂ 1000 ਕੁਐਸਚਨ ਕਰਨ ਵਾਲੇ ਹਾਂ ਇਸ ਦੇ ਨਾਲ ਰਿਲੇਟਡ ਜਿੰਨੇ ਵੀ ਪੰਜਾਬ ਦੇ ਇੰਪੋਰਟੈਂਟ ਟਾਪਿਕ ਨੇ ਸਾਰੇ ਅਸੀਂ 1000 ਦੀ ਸੀਰੀਜ਼ ਦੇ ਵਿੱਚ ਕੰਪਲੀਟ ਕਰਾਂਗੇ ਤਾਂ ਇਸ ਕਰਕੇ ਤੁਸੀਂ ਇਸ ਦਾ ਇੱਕ ਵੀ ਪਾਰਟ ਮਿਸ ਨਾ ਕਰਨਾ ਕਿਉਂਕਿ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੋਣ ਵਾਲੀ ਆ ਠੀਕ ਹੈ ਜੀ ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਅਸੀਂ 123 ਨੰਬਰ ਕੁਐਸ਼ਨ ਤੱਕ ਪਾਰਟ 3 ਕਰ ਚੁੱਕੇ ਹਾਂ ਅੱਜ ਅਸੀਂ ਪਾਰਟ 4 ਕਰਨ ਵਾਲੇ ਹਾਂ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਕੁਐਸ਼ਨ ਨੰਬਰ 1 ਗੁਰੂ ਸਾਹਿਬਾਨ ਨੂੰ ਉਹਨਾਂ ਦੇ ਸਮਕਾਲੀ ਸ਼ਾਸਕਾਂ ਨਾਲ ਮਿਲਾਓ ਹਾਂਜੀ ਇੱਕ ਸਾਈਡ ਤੇ ਮੁਗਲ ਬਾਦਸ਼ਾਹ ਲਿਖੇ ਹੋਏ ਆ ਤੇ ਇੱਕ ਸਾਈਡ ਤੇ ਗੁਰੂ ਸਾਹਿਬਾਨਾਂ ਦੇ ਨਾਮ ਲਿਖੇ ਹੋਏ ਆ ਤੇ ਤੁਸੀਂ ਕੀ ਕਰਨਾ ਵਾ ਕਿ ਗੁਰੂ ਸਾਹਿਬਾਨ ਜੀ ਦੇ ਨਾਲ ਉਹਨਾਂ ਦੇ ਸਮਕਾਲੀ ਸ਼ਾਸਕਾਂ ਨੂੰ ਮੈਚ ਕਰਨਾ ਵਾ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਜਿਵੇਂ ਸਾਡੇ ਸਾਰੇ ਹੀ ਗੁਰੂ ਜੀ ਦੇ ਨਾਲ ਰਿਲੇਟਡ ਜਿੰਨੇ ਵੀ ਸਮਕਾਲੀ ਮੁਗਲ ਬਾਦਸ਼ਾਹ ਹੋਇਆ ਉਹਨਾਂ ਦੇ ਨਾਮ ਦੱਸਾਂਗੀ ਤਾਂ ਤੁਸੀਂ ਆਪਣੇ ਆਪ ਹੀ ਇਸ ਕੁਐਸਚਨ ਦਾ ਆਨਸਰ ਸੋਚਣਾ ਜਿਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮਕਾਲੀ ਸਨ ਬਾਬਰ ਉਸ ਤੋਂ ਬਾਅਦ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਸਮਕਾਲੀ ਸਨ ਸ਼ੇਰ ਸ਼ਾਹ ਸੂਰੀ ਤੇ ਉਸ ਤੋਂ ਬਾਅਦ ਸ੍ਰੀ ਗੁਰੂ ਅਮਰਦਾਸ ਜੀ ਦੇ ਸਮਕਾਲੀ ਸਨ ਹਾਂਜੀ ਅਕਬਰ ਤੇ ਸ੍ਰੀ ਗੁਰੂ ਰਾਮਦਾਸ ਜੀ ਦੇ ਸਮਕਾਲੀ ਸਨ ਅਕਬਰ ਠੀਕ ਹੈ ਤੁਸੀਂ ਯਾਦ ਰੱਖਣਾ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮਕਾਲੀ ਕੌਣ ਸਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮਕਾਲੀ ਸਨ ਸਭ ਨੂੰ ਹੀ ਪਤਾ ਹੋਵੇਗਾ ਇਹ ਤਾਂ ਕਿਉਂਕਿ ਅਕਬਰ ਅਤੇ ਜਹਾਂਗੀਰ ਵੈਸੇ ਤਾਂ ਜਹਾਂਗੀਰ ਹੀ ਬੋਲਿਆ ਜਾਂਦਾ ਹੈ ਪਰ ਅਕਬਰ ਵੀ ਸੀ ਇਨਾਂ ਦੇ ਸਮੇਂ ਠੀਕ ਹੈ ਉਸ ਤੋਂ ਬਾਅਦ ਜੇਕਰ ਅਸੀਂ ਗੱਲ ਕਰੀਏ ਸ੍ਰੀ ਗੁਰੂ ਹਰਗੋਬਿੰਦ ਜੀ ਦੀ ਤਾਂ ਇਹਨਾਂ ਦੇ ਸਮਕਾਲੀ ਸਨ ਜਹਾਂਗੀਰ ਅਤੇ ਸਹਾਜਾ ਉਸ ਤੋਂ ਅੱਦ ਤੁਸੀਂ ਦੇਖ ਸਕਦੇ ਹੋ ਸ੍ਰੀ ਗੁਰੂ ਹਰ ਰਾਏ ਜੀ ਦੇ ਸਮਕਾਲੀ ਕੌਣ ਸਨ ਇਹਨਾਂ ਦੇ ਸਮਕਾਲੀ ਸਨ ਸਹਾਜਾ ਅਤੇ ਔਰੰਗਜ਼ੇਬ ਠੀਕ ਹੈ ਤੇ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਦੇ ਸਮਗਾਲੀ ਸਨ ਔਰੰਗਜ਼ੇਬ ਠੀਕ ਹੈ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਮਕਾਲੀ ਸਨ ਔਰੰਗਜੀਬ ਠੀਕ ਹੈ ਇਹ ਤੁਸੀਂ ਯਾਦ ਰੱਖਣਾ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮਕਾਲੀ ਸਨ ਔਰੰਗਜੀਬ ਠੀਕ ਹੈ ਇਹ ਵੀ ਤੁਸੀਂ ਯਾਦ ਰੱਖਣਾ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਰਿਲੇਟਡ ਇੰਪੋਰਟੈਂਟ ਹੈ ਇਹਨਾਂ ਨਾਲ ਨੋਟ ਕਰ ਲੈਣੇ ਹੋਣਗੇ ਕਿਉਂਕਿ ਇੰਪੋਰਟੈਂਟ ਹੈ ਇਸ ਦੇ ਵਿੱਚੋਂ ਇਕੁਏਸ਼ਨ ਤੁਹਾਨੂੰ ਇਹ ਪੁੱਛਿਆ ਜਾ ਸਕਦਾ ਵਾ ਗੁਰੂ ਸਾਹਿਬਾਨ ਜੀ ਨਾਲ ਰਿਲੇਟਿਡ ਤੇ ਉਹਨਾਂ ਦੇ ਸਮਕਾਲੀ ਦੇ ਨਾਲ ਰਿਲੇਟਿਡ ਠੀਕ ਹੈ ਹੁਣ ਤੁਹਾਡੇ ਕੋਲ ਉਮੀਦ ਕਰਦੀਆਂ ਕਿ ਇਸ ਕੁਐਸਚਨ ਦਾ ਆਨਸਰ ਤੁਸੀਂ ਖੁਦ ਅਟੈਂਪਟ ਕਰੋਗੇ ਆਨਸਰ ਤੁਹਾਡੇ ਸਾਹਮਣੇ ਆ ਤਾਂ ਦੱਸੋ ਕਿਹੜੀ ਆਪਸ਼ਨ ਸਹੀ ਹੈ ਆਪਸ਼ਨ ਨੰਬਰ ਊੜਾ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਜਣੇ ਕਿ 1 ਠੀਕ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮਕਾਲੀ ਸਨ ਬਾਬਰ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਸਮਕਾਲੀ ਸਨ ਆ ਅਸਮਕਾਲੀ ਸਨ ਸ਼ੇਰ ਸਾ ਸੂਰੀ ਤੇ ਸ੍ਰੀ ਗੁਰੂ ਰਾਮਦਾਸ ਜੀ ਦੇ ਸਮਕਾਲੀ ਸਨ ਅਕਬਰ ਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੇ ਸਮਕਾਲੀ ਸਨ ਔਰੰਗਜ਼ੇਬ ਨੈਕਸਟ ਕੁਐਸ਼ਨ ਗੁਰੂ ਸਾਹਿਬ ਦੇ ਨਾਮਾਂ ਨੂੰ ਉਹਨਾਂ ਵੱਲੋਂ ਸ਼ੁਰੂ ਕੀਤੀਆਂ ਪਰ ਪ੍ਰਥਾਵਾਂ ਨਾਲ ਮੈਲੋ ਹਾਂਜੀ ਗੁਰੂ ਸਾਹਿਬਾਨ ਜੀ ਦੇ ਨਾਮ ਦਿੱਤੇ ਹੋਏ ਆ ਤੇ ਜਿਹੜੀਆਂ ਜਿਹੜੀਆਂ ਪ੍ਰਥਾ ਗੁਰੂ ਜੀ ਨੇ ਸ਼ੁਰੂ ਕੀਤੀਆਂ ਸੀਗੀਆਂ ਪ੍ਰਥਾਵਾਂ ਤਾਂ ਉਹਨਾਂ ਦੇ ਤੁਸੀਂ ਨਾਮ ਦੱਸਣੇ ਆ ਹਾਂਜੀ ਹਾਂਜੀ ਸੇਮ ਇਸੇ ਤਰ੍ਹਾਂ ਕਿਹੜੇ ਗੁਰੂ ਸਰਬਾਨ ਜੀ ਨੇ ਕਿਹੜੀ ਪ੍ਰਥਾ ਸ਼ੁਰੂ ਕੀਤੀ ਮੈਂ ਉਹ ਵੀ ਤੁਹਾਨੂੰ ਦੱਸ ਦਿੰਨੀ ਆ ਜਿਸ ਤਰ੍ਹਾਂ ਸੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਲੰਗਰ ਪ੍ਰਥਾ ਸ਼ੁਰੂ ਕੀਤੀ ਸੀ ਠੀਕ ਹੈ ਉਸ ਤੋਂ ਬਾਅਦ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਮਲ ਅਖਾੜਾ ਪਰੰਪਰਾ ਸ਼ੁਰੂ ਕੀਤੀ ਸੀ ਠੀਕ ਹੈ ਤੇ ਫਿਰ ਸ਼੍ਰੀ ਗੁਰੂ ਅਮਰਦਾਸ ਜੀ ਨੇ ਸ਼੍ਰੀ ਗੁਰੂ ਅਮਰਦਾਸ ਜੀ ਨੇ ਮੰਜੀ ਪ੍ਰਥਾ ਸ਼ੁਰੂ ਕੀਤੀ ਸੀ ਠੀਕ ਹੈ ਸੁਣ ਲੈਣਾ ਧਿਆਨ ਨਾਲ ਉਸ ਤੋਂ ਬਾਅਦ ਖੁਦ ਆਨਸਰ ਦੇਣਾ ਤੇ ਸ਼੍ਰੀ ਗੁਰੂ ਰਾਮਦਾਸ ਜੀ ਨੇ ਮਸੰਤ ਪ੍ਰਥਾ ਸ਼ੁਰੂ ਕੀਤੀ ਸੀ ਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਹਾਂਜੀ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤਸਰ ਸਰੋਵਰ ਦਾ ਨਿਰਮਾਣ ਕਰਵਾਇਆ ਸੀ ਸੰਪੂਰਨ ਕਰਵਾਇਆ ਸੀ ਸੰਤੋਖ ਸਰ ਅੰਮ੍ਰਿਤਸਰ ਸਰੋਵਰ ਸੰਪੂਰਨ ਕਰਵਾਇਆ ਸੀ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਠੀਕ ਹੈ ਸੰਤੋਖ ਸਰ ਅਤੇ ਰਾਮ ਸਰ ਸਰੋਵਰ ਵੀ ਗੁਰੂ ਅੰਗਦ ਦੇਵ ਜੀ ਨੇ ਹੀ ਸੰਪੂਰਨ ਕਰਵਾਇਆ ਤੇ ਇਹਨਾਂ ਨੇ ਉਹ ਸਾਰੀ ਕੀਤੀ ਸੀ ਹਰਮੰਦਰ ਸਾਹਿਬ ਦੀ ਇਹ ਤੁਸੀਂ ਯਾਦ ਰੱਖਣਾ ਠੀਕ ਹੈ ਉਸ ਤੋਂ ਬਾਅਦ ਸ਼੍ਰੀ ਗੁਰੂ ਹਰगोबिंद ਜੀ ਇਹਨਾਂ ਨੇ ਅਕਾਲ ਤਖਤ ਦੀ ਉਸਾਰੀ ਕਰਵਾਈ ਸੀ ਠੀਕ ਹੈ ਤੇ ਫਿਰ ਸ਼੍ਰੀ ਗੁਰੂ ਹਰ Rai ਜੀ ਸ਼੍ਰੀ ਗੁਰੂ ਹਰ Rai ਜੀ ਨੇ ਹਾਂਜੀ ਆ ਇਹਨਾਂ ਨੇ ਸ਼੍ਰੀ ਗੁਰੂ ਹਰ Rai ਜੀ ਤਾਂ ਜੇਕਰ ਅਸੀਂ ਗੱਲ ਕਰੀਏ ਸ਼੍ਰੀ ਗੁਰੂ ਹਰ Rai ਜੀ ਦੀ ਇਹਨਾਂ ਨੇ ਇੱਕ ਬਖਸ਼ਿਸ਼ ਦਿੱਤੀ ਸੀਗੀ ਕਿ ਇੱਕ ਬੱਚੇ ਦਾ ਨਾਂ ਫੂਲ ਰੱਖਿਆ ਜੋ ਪਟਿਆਲਾ ਨਾਬਾ ਤੇ ਜਿੰਦਾ ਬਾਣੀ ਬਣਿਆ ਸੀ ਠੀਕ ਹੈ ਤੁਸੀਂ ਯਾਦ ਰੱਖਣਾ ਤੇ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਨੇ ਇਹਨਾਂ ਨੂੰ ਵਾਲ ਪੀਰ ਮੰਨਿਆ ਜਾਂਦਾ ਹੈ ਠੀਕ ਹੈ ਤੇ ਹਾਂਜੀ ਇਹਨਾਂ ਨੇ ਕੋਈ ਪ੍ਰਥਾ ਨਹੀਂ ਸ਼ੁਰੂ ਕੀਤੀ ਸੀਗੀ ਠੀਕ ਹੈ ਗੁਰੂ ਤੇਗ ਬਹਾਦਰ ਜੀ ਦੇ ਸਮੇਂ ਇਹਨਾਂ ਨੇ ਇਹਨਾਂ ਨੂੰ ਹਿੰਦ ਦੀ ਚਾਦਰ ਦੇ ਨਾਮ ਨਾਲ ਜਾਣਿਆ ਜਾਂਦਾ ਵਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਤੇ ਇਨਾਂ ਨੇ ਵੀ ਕੋਈ ਪ੍ਰਥਾ ਨਹੀਂ ਸ਼ੁਰੂ ਕੀਤੀ ਸੀ ਠੀਕ ਹੈ ਸਹਿਰ ਜਿਹੜੇ ਸਬਗੁਰੂ ਸਾਹਿਬਾਨ ਜੀ ਨੇ ਕੋਈ ਨਾ ਕੋਈ ਬਸਾਇਆ ਵਾ ਉਹਦੇ ਬਾਰੇ ਵੀ ਅਸੀਂ ਗੱਲ ਕਰਾਂਗੇ ਅੱਗੇ ਜਾ ਕੇ ਕਿਉਂਕਿ ਉਹਦੇ ਵਿੱਚੋਂ ਇੱਕ ਕੁਐਸਚਨ ਇੰਪੋਰਟੈਂਟ ਬਣ ਸਕਦਾ ਠੀਕ ਹੈ ਜੀ ਤੇ ਹਾਂਜੀ ਇਸ ਤੋਂ ਇਲਾਵਾ ਇਸ ਕੁਐਸਚਨ ਦਾ ਆਨਸਰ ਉਮੀਦ ਕਰਦੇ ਹਾਂ ਕਿ ਹੁਣ ਤੁਸੀਂ ਸਾਰੇ ਖੁਦ ਆਪ ਦਵੋਗੇ ਜਿਵੇਂ ਕਿ ਅਸੀਂ ਗੱਲ ਕੀਤੀ ਆ ਆ ਸਭ ਤੋਂ ਪਹਿਲਾਂ ਜੇਕਰ ਅਸੀਂ ਗੱਲ ਕਰੀਏ ਸ੍ਰੀ ਗੁਰੂ ਅਮਰਦਾਸ ਜੀ ਦੀ ਇਹਨਾਂ ਨੇ ਲੰਗਰ ਪ੍ਰਥਾ ਸ਼ੁਰੂ ਕੀਤੀ ਸੀ ਠੀਕ ਹੈ ਉਸ ਤੋਂ ਬਾਅਦ ਸ੍ਰੀ ਗੁਰੂ ਰਾਮਦਾਸ ਜੀ ਨੇ ਮਸੰਦ ਪ੍ਰਥਾ ਸ਼ੁਰੂ ਕੀਤੀ ਸੀ ਠੀਕ ਹੈ ਉਸ ਤੋਂ ਬਾਅਦ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਦਸਵੰਦ ਪ੍ਰਥਾ ਸ਼ੁਰੂ ਕੀਤੀ ਸੀ ਤੇ ਸ੍ਰੀ ਗੁਰੂ ਹਾਂਜੀ ਸ੍ਰੀ ਗੁਰੂ ਹਰगोविंद ਸਾਹਿਬ ਜੀ ਨੇ ਅਕਾਲ ਪਤ ਦੀ ਸਿਰਜਣਾ ਕੀਤੀ ਸੀ ਇਹ ਤੁਸੀਂ ਯਾਦ ਰੱਖਣਾ ਆਪਸ਼ਨ ਨੰਬਰ 1 ਇਸ ਕੁਐਸਚਨ ਦਾ ਰਾਈਟ ਆਨਸਰ ਹਾਂਜੀ ਨੈਕਸਟ ਕੁਐਸਚਨ ਅਸੀਂ ਕਰਦੇ ਹਾਂ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਮਗਰੋਂ ਸਿੱਖਾਂ ਦੀ ਅਗਵਾਈ ਕਿਸ ਨੇ ਕੀਤੀ ਹਾਂਜੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਮਗਰੋਂ ਸਿੱਖਾਂ ਦੀ ਅਗਵਾਈ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਕੀਤੀ অপਸ਼ਨ ਨੰਬਰ 88 ਕੁਐਸਚਨ ਦਾ ਰਾਈਟ ਆਨਸਰ ਹੈ ਨੈਕਸਟ ਕੁਐਸਚਨ ਕਿਸ ਗੁਰੂ ਸਾਹਿਬਾਨ ਨੇ ਸਤੀ ਪ੍ਰਥਾ ਤੇ ਪਰਦਾ ਪ੍ਰਥਾ ਨੂੰ ਸ਼ਕਤੀ ਦੇ ਨਾਲ ਰੋਕਿਆ ਸ਼ਕਤੀ ਦੇ ਨਾਲ ਰੋਕਿਆ ਹਾਂਜੀ ਸ੍ਰੀ ਗੁਰੂ ਅਮਰਦਾਸ ਜੀ ਨੇ ਸਤੀ ਪ੍ਰਥਾ ਤੇ ਪਰਦਾ ਪ੍ਰਥਾ ਨੂੰ ਸਖਤੀ ਦੇ ਨਾਲ ਰੋਕਿਆ ਆਪਸ਼ਨ ਨੰਬਰ ਈਡੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਪੰਜਾਬ ਦੇ ਇਤਿਹਾਸ ਦੀਆਂ ਤਿੰਨ ਇੰਨਾ ਮਹੱਤਵਪੂਰਨ ਘਟਨਾਵਾਂ ਨੂੰ ਕਾਲ ਕਰਮ ਅਨੁਸਾਰ ਰੱਖੋ ਹਾਂਜੀ ਪੰਜਾਬ ਦੇ ਇਤਿਹਾਸ ਵਿੱਚ ਕੁਝ ਮਹੱਤਵਪੂਰਨ ਘਟਨਾਵਾਂ ਵਾਪਰੀਆਂ ਸੀਗੀਆਂ ਜਿਨ੍ਹਾਂ ਨੂੰ ਤੁਸੀਂ ਕਾਲ ਕਰਮ ਮਤਲਬ ਕਿਹੜੀ ਘਟਨਾ ਕਦੋਂ ਵਾਪਰੀ ਇਸ ਹਿਸਾਬ ਨਾਲ ਸੀਕੁਐਂਸ ਵਾਈਜ਼ ਕਰਨਾ ਹੈ ਤਾਂ ਹਾਂਜੀ ਸਭ ਤੋਂ ਪਹਿਲਾਂ ਜੇਕਰ ਅਸੀਂ ਗੱਲ ਕਰੀਏ ਜਿਲ੍ਹਿਆਂ ਵਾਲੇ ਬਾਗ ਦੀ ਠੀਕ ਹੈ ਮੈਂ ਤੁਹਾਨੂੰ ਸਭ ਹੀ ਇਸਾਰੇ ਬਾਰੇ ਦੱਸਾਂਗੀ ਤੇ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਸੁਣ ਲੈਣਾ ਏ ਇੰਪੋਰਟੈਂਟ ਵੀ ਏ ਤੁਹਾਡੇ ਲਈ ਹਾਂਜੀ ਜੇਕਰ ਅਸੀਂ ਗੱਲ ਕਰੀਏ ਜਿਲਿਆਂ ਵਾਲੇ ਬਾਗ ਦੀ ਤਾਂ ਜਿਲਿਆਂ ਵਾਲੇ ਬਾਗ ਦੀ ਜੇਕਰ ਅਸੀਂ ਗੱਲ ਕਰਦੇ ਆ ਤਾਂ ਜਿਲਿਆਂ ਵਾਲਾ ਬਾਗ ਜਿਵੇਂ ਕਿ ਤੁਹਾਨੂੰ ਪਤਾ ਏ 13 ਅਪ੍ਰੈਲ 1919 ਨੂੰ ਜਿਲਿਆਂ ਵਾਲਾ ਬਾਗ ਅੰਮ੍ਰਿਤਸਰ ਵਿਖੇ ਵਾਪਰਿਆ ਸੀ ਠੀਕ ਹੈ ਆ ਜਿਹੜਾ ਸੀ ਜਿਲਿਆਂ ਵਾਲੇ ਬਾਗ ਦਾ ਸਾਕਾ ਸੀ ਅੰਮ੍ਰਿਤਸਰ ਵਿਖੇ ਵਾਪਰਿਆ ਸੀ 13 ਅਪ੍ਰੈਲ 1919 ਨੂੰ ਠੀਕ ਹੈ ਜੀ ਇਹ ਤੁਸੀਂ ਯਾਦ ਰੱਖਣਾ ਹੁਣ ਉਸ ਤੋਂ ਬਾਅਦ ਤੁਸੀਂ ਦੇਖਣਾ ਕਿ ਕਿਹੜਾ ਸੀਕੁਐਂਸ ਵਾਈਜ਼ ਕਿਹੜੀ ਘਟਨਾਵਾਂ ਕਿੱਦਾਂ ਆਵੇਗੀ ਠੀਕ ਹੈ ਕਾਲ ਕਰਮ ਦੇ ਵਿੱਚ ਉਸ ਤੋਂ ਬਾਅਦ ਜੇਕਰ ਅਸੀਂ ਗੱਲ ਕਰੀਏ ਕਾਮਾਗਾਟਾ ਮਾਰੂ ਦੀ ਠੀਕ ਹੈ ਜੀ ਕਾਮਾਗਾਟਾ ਮਾਰੂ ਕਾਮਾਗਾਟਾ ਮਾਰੂ ਜਿਵੇਂ ਕਿ ਤੁਹਾਨੂੰ ਪਤਾ ਹੈ ਇੱਕ ਜਹਾਜ਼ ਦਾ ਨਾਮ ਸੀ 1914 ਨੂੰ 4 ਅਪ੍ਰੈਲ 1914 ਨੂੰ ਹਾਂਗਕਾਂਗ ਤੋਂ ਚੱਲਿਆ ਸੀ ਅਤੇ 23 ਮਈ 1914 ਨੂੰ 376 ਭਾਰਤੀਆਂ ਸਮੇਤ 340 ਸਿੱਖ ਤੇ 24 ਮੁਸਲਮਾਨ ਤੇ 12 ਹਿੰਦੂ ਸਨ ਇਹਨਾਂ ਨੂੰ ਲੈ ਕੇ ਵੈਂਕੂਵਰ ਪਹੁੰਚਿਆ ਸੀ ਤੇ ਜਦੋਂ ਹੀ ਜਹਾਜ਼ ਕੈਨੇਡਾ ਪਹੁੰਚਿਆ ਯਾਤਰੀਆਂ ਨੂੰ ਉੱਥੇ ਉਤਰਨ ਨਹੀਂ ਦਿੱਤਾ ਗਿਆ ਕੇਵਲ 22 ਭਾਰਤੀ ਜੋ ਕੈਨੇਡੀਅਨ ਨਾਗਰਿਕਤਾ ਦਿਖਾ ਸਕੇ ਉਹਨਾਂ ਨੂੰ ਹੀ ਕੈਨੇਡਾ ਜਾਣ ਦੀ ਆਗਿਆ ਮਿਲੀ ਬਾਕੀਆਂ ਨੂੰ ਵਾਪਸ ਮੁੜਨ ਲਈ ਕਿਹਾ ਗਿਆ ਤੇ ਮੁੜਦੇ ਸਮੇਂ ਕਿਸੇ ਵੀ ਯਾਤਰੀ ਨੂੰ ਹਾਂਗਕਾਂਗ ਜਾਂ ਸਿੰਗਾਪੁਰ ਵਿਖੇ ਉਤਰਨ ਨਾ ਦਿੱਤਾ ਗਿਆ ਜਿੱਥੇ ਵੀ ਉਹਨਾਂ ਵਿੱਚ ਬਹੁਤਿਆਂ ਦੇ ਘਰ ਸਨ ਉੱਥੇ ਵੀ ਨਹੀਂ ਉਤਰਨ ਦਿੱਤਾ ਗਿਆ ਜਦੋਂ 29 ਸਤੰਬਰ 1914 ਨੂੰ ਕਾਮਾਗਾਟਾ ਮਾਰੂ ਕਲਕੱਤਾ ਵਿਖੇ ਵੱਜ-ਵੱਜ ਘਾਟ ਤੇ ਪਹੁੰਚਿਆ ਤਾਂ ਇਸ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਅਤੇ ਯਾਤਰੀਆਂ ਨੂੰ ਰੇਲ ਰਾਹੀਂ ਪੰਜਾਬ ਪੰਜਾਬ ਦੇ ਵਿੱਚ ਆਉਣ ਲਈ ਕਿਹਾ ਗਿਆ ਠੀਕ ਹੈ ਤੇ ਇਸ ਤਰ੍ਹਾਂ ਦੇਖੋ ਤੁਸੀਂ ਤਾਂ ਅਸੀਂ ਜ਼ਿਆਦਾ ਨਹੀਂ ਕਰਾਂਗੇ ਤੇ ਪੁਲਿਸ ਨੇ ਗੋਲੀਬਾਰੀ ਸ਼ੁਰੂ ਕੀਤੀ ਸੀ ਨਾ ਤੇ 19 ਸਿੱਖ ਮਾਰੇ ਗਏ ਬਹੁਤੇ ਜ਼ਖਮੀ ਹੋ ਗਏ ਇਸੇ ਤਰ੍ਹਾਂ ਬਾਬਾ ਗੁਰਦਿੱਤ ਸਿੰਘ ਇੰਨਾ ਦਾ ਸਬੰਧ ਹੈ ਠੀਕ ਹੈ ਕਾਮਾਗਾਟਾ ਮਾਰੂ ਨਾਲ ਕਿਉਂਕਿ ਕਾਮਾਗਾਟਾ ਮਾਰੂ ਇੱਕ ਜਾਪਾਨੀ ਜਹਾਜ਼ ਸੀ ਜਿਸ ਦਾ ਨਾਮ ਗੁਰੂ ਨਾਨਕ ਜਹਾਜ਼ ਰੱਖਿਆ ਗਿਆ 1914 ਈਸਵੀ ਵਿੱਚ ਇਸ ਨੂੰ ਗੁਰਦਿੱਤ ਸਿੰਘ ਬਾਬਾ ਗੁਰਦਿੱਤ ਸਿੰਘ ਜੀ ਨੇ ਹਾਂਗਕਾਂਗ ਤੋਂ ਕਿਰਾਏ ਤੇ ਲਿਆ ਸੀ ਠੀਕ ਹੈ ਇਹ ਵੀ ਤੁਸੀਂ ਯਾਦ ਰੱਖਣਾ ਹੁਣ ਤੁਹਾਨੂੰ बस ਇੰਨਾ ਚਾਹਤ ਹੋਣਾ ਚਾਹੀਦਾ ਸੀ ਕਿ 1914 ਦੇ ਵਿੱਚ ਹੋਇਆ ਸੀ ਇਹ ਜਿਹੜਾ ਸਾਕਾ ਸੀ ਉਸ ਤੋਂ ਬਾਅਦ ਅਸੀਂ ਗੱਲ ਕਰੀਏ ਗਦਰ ਪਾਰਟੀ ਦੀ ਹਾਂਜੀ ਗਦਰ ਪਾਰਟੀ 1912 ਈਸਵੀ ਦੇ ਵਿੱਚ ਪ੍ਰਸ਼ਾਂਤ ਸਾਗਰ ਦੇ ਕਿਨਾਰੇ ਵਾਲੇ ਦੇਸ਼ਾਂ ਨੇ ਹਿੰਦੂਸਤਾਨੀ ਐਸੋਸੀਏਸ਼ਨ ਨਾਮ ਸੰਗਠਨ ਬਣਾਇਆ ਸੀ ਤੇ ਇਸੇ ਗਠਨ ਨੇ ਸੰਗਠਨ ਨੇ ਇੱਕ ਗਦਰ ਪਾਰਟੀ ਬਣਾਈ ਸੀ ਠੀਕ ਹੈ ਗਦਰ ਪਾਰਟੀ ਕਿਉਂ ਬਣਾਈ ਗਈ ਸੀਗੀ ਭਾਰਤ ਨੂੰ ਬਰਤਾਨਵੀ ਰਾਜ ਕੋਲੋਂ ਮੁਕਤੀ ਦਿਵਾਉਣ ਦੇ ਲਈ ਬਣਾਈ ਗਈ ਸੀ ਹੁਣ ਇਸ ਦੀ ਗੱਲ ਕਰੀਏ ਤਾਂ ਇਹ 1912 ਦੇ ਵਿੱਚ ਆ ਜਾਂਦੀ ਆ ਠੀਕ ਹੈ ਅੱਗੇ ਹੁਣ ਅਸੀਂ ਆਪਸ਼ਨ ਦੇਖ ਲੈਨੇ ਆ ਕਿ ਕਿਹੜੀਆਂ ਸਾਡੀਆਂ ਰਾਈਟ ਬਣਦੀਆਂ ਨੇ ਆਪਸ਼ਨ ਨੰਬਰ ਇਸ ਦੇ ਵਿੱਚ ਦੇਖੋ ਤੁਸੀਂ ਪਹਿਲੇ ਪਹਿਲੇ ਤੇ ਆਉਣੀ ਆ 4 ਫਿਰ ਆਉਣੀ ਆ 3 ਉਸ ਤੋਂ ਬਾਅਦ ਆਉਣੀ ਆ ਤੁਹਾਡੇ ਕੋਲੇ 2 ਤੇ ਉਸ ਤੋਂ ਬਾਅਦ ਆਉਣੀ ਆ 1 অপশন নাম্বার ਸਸਾਇਜ਼ ਆ ਰਾਈਟ ਆਨਸਰ ਹੈ ਜੀ ਮਹਾਰਾਜਾ ਰਣਜੀਤ ਸਿੰਘ ਵੱਲੋਂ ਚਲਾਈ ਗਏ ਸਿੱਕਿਆਂ ਨੂੰ ਕੀ ਕਹਿੰਦੇ ਹਨ ਹਾਂਜੀ ਮਹਾਰਾਜਾ ਰਣਜੀਤ ਸਿੰਘ ਜੀ ਵੱਲੋਂ ਜਿਹੜੇ ਸਿੱਕੇ ਚਲਾਈ ਗਏ ਸੀ ਉਹਨਾਂ ਨੂੰ ਨਾਨਕਸਾਹੀ ਪੈਸੇ ਬੋਲਦੇ ਆ অপশন ਨੰਬਰ ਸਸਾਇਜ਼ ਆ ਰਾਈਟ ਆਨਸਰ ਠੀਕ ਹੈ ਜੀ ਇਹ ਤੁਸੀਂ ਯਾਦ ਰੱਖਣਾ ਹਾਂਜੀ ਅ ਨੈਕਸਟ ਕੁਐਸਚਨ ਅਸੀਂ ਕਰਦੇ ਹਾਂ ਪੰਜਾਬ ਦੇ ਏਕੀਕਰਨ ਦੀ ਪ੍ਰਕਿਰਿਆ ਰਣਜੀਤ ਸਿੰਘ ਨੇ ਸ਼ੁਰੂ ਕੀਤੀ ਸੀ ਔਰ ਸਨਿਲ ਲਾਹੌਰ ਨੂੰ ਕਿਹੜੀ ਮਿਸਲ ਤੋਂ ਕਬਜ਼ੇ ਵਿੱਚ ਲਿਆ ਸੀ ਹਾਂਜੀ ਪੰਜਾਬ ਦੇ ਕੀ ਕਰਨ ਦੀ ਜਿਹੜੀ ਪ੍ਰਕਿਰਿਆ ਉਹ ਰਣਜੀਤ ਸਿੰਘ ਜੀ ਨੇ ਸ਼ੁਰੂ ਕੀਤੀ ਸੀ ਤੇ ਉਹਨਾਂ ਨੂੰ ਲਾਹੌਰ ਦੇ ਵਿੱਚ ਪੰਗੀ ਮਿਸਲ ਦੇ ਕਬਜ਼ੇ ਦੇ ਵਿੱਚ ਲਿਆ ਗਿਆ ਸੀ ਆਪਸ਼ਨ ਨੰਬਰ ਊੜਾ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਕਿਹੜੀ ਲੜਾਈ ਸਿੱਖਾਂ ਤੇ ਅਫਗਾਨਾਂ ਵਿਚਕਾਰ ਆਖਰੀ ਲੜਾਈ ਸੀ ਹਾਂਜੀ ਸਿੱਖਾਂ ਅਤੇ ਅਫਗਾਨਾਂ ਦੇ ਵਿਚਕਾਰ ਕਿਹੜੀ ਲੜਾਈ ਆ ਜਿਹੜੀ ਆਖਰੀ ਲੜਾਈ ਸੀ ਜਮਰੂਦ ਦੀ ਲੜਾਈ ਠੀਕ ਹੈ ਇਹ ਤੁਸੀਂ ਯਾਦ ਰੱਖਣਾ ਹਾਂਜੀ ਨੈਕਸਟ ਕੁਐਸ਼ਨ ਅਸੀਂ ਕਰਦੇ ਆ ਇਨ੍ਹਾਂ ਮਿਸਲਾਂ ਨੂੰ ਉਹਨਾਂ ਦੇ ਸਰਦਾਰਾਂ ਦੇ ਨਾਲ ਮੇਲੋ ਹਾਂਜੀ ਇਹ ਮਿਸਲਾਂ ਦਿੱਤੀਆਂ ਹੋਈਆਂ ਨੇ ਇਹਨਾਂ ਨੂੰ ਤੁਸੀਂ ਉਹਨਾਂ ਦੇ ਸਰਦਾਰਾਂ ਦੇ ਹਾਂਜੀ ਮਿਸਲਾਂ ਜਿਵੇਂ ਕਿ ਤੁਹਾਨੂੰ ਪਤਾ ਲੱਗ ਲਗਭਗ 12 ਮਿਸਲਾਂ ਸੀ ਜਿਵੇਂ ਮੈਂ ਤੁਹਾਨੂੰ ਸਭ ਦੇ ਹੀ ਦੱਸ ਦਿੰਨੀ ਆ ਕਿ ਕਿਹੜੀ ਮਿਸਲ ਦੇ ਕਿਹੜੇ ਸਰਦਾਰ ਸੀ ਤੁਸੀਂ ਨੋਟ ਕਰ ਲੈਣਾ ਕਿਉਂਕਿ ਇਹ ਵੀ ਇੰਪੋਰਟੈਂਟ ਆ ਫੈਜ਼ਲਪੁਰੀਆ ਜਾਂ ਸਿੰਗਾਪੁਰੀਆ ਮਿਸਲ ਇਸ ਦੇ ਸਰਦਾਰ ਸੀ ਨਵਾਬ ਕਪੂਰ ਸਿੰਘ ਆਹਲੂਵਾਲੀਆ ਮਿਸਲ ਇਸ ਦਿਨ ਇਸ ਦੇ ਸੰਸਥਾਪਕ ਸੀ ਜੱਸਾ ਸਿੰਘ ਆਹਲੂਵਾਲੀਆ ਠੀਕ ਹੈ ਪੰਗੀ ਮਿਸਲ ਇਸ ਦੇ ਸੰਸਥਾਪਕ ਸੀ ਹਰੀ ਸਿੰਘ ਤੇ ਰਾਮਗੜੀਆ ਇਸ ਦੇ ਸਰਦਾਰ ਆ ਜੱਸਾ ਸਿੰਘ ਰਾਮਗੜੀਆ ਕਨਈਆ ਮਿਸਲ ਇਸ ਦੇ ਸੰਸਥਾਪਕ ਆ ਜੈ ਸਿੰਘ ਸੂਕਰ ਚੱਕੀਆ ਮਿਸਲ ਇਸ ਦੇ ਸੰਸਥਾਪਕ ਆ ਚੜਤ ਸਿੰਘ ਫੁਲਕੀਆ ਮਿਸਲ ਇਸ ਦੇ ਸੰਸਥਾਪਕਾ ਚੌਧਰੀ ਫੂਲ ਸਿੰਘ ਡੱਲੇ ਵਾਲੀਆ ਮਿਸਲ ਇਸ ਦੇ ਸੰਸਥਾਪਕਾ ਗੁਲਾਬ ਸਿੰਘ ਰਥੋੜ ਨਿਸ਼ਾਨ ਵਾਲੀਆ ਮਿਸਲ ਇਸ ਦੇ ਸੰਸਥਾਪਕਾ ਦਸ਼ੋਦਾ ਸਿੰਘ ਕਰੋੜ ਸਿੰਘੀਆ ਜਾਂ ਪੰਜ ਗੜੀਆਂ ਮਿਸਲ ਇਸ ਦੇ ਸੰਸਥਾਪਕਾ ਕਰੋੜ ਸਿੰਘ ਸਹੀਦ ਦਾ ਨਾਂ ਹੈ ਗੁਮਿਸਲ ਇਸ ਦੇ ਸੰਸਥਾਪਕ ਆ ਬਾਬਾ ਦੀਪ ਸਿੰਘ ਨਾ ਕਈ ਮਿਸਲ ਇਸ ਦੇ ਸੰਸਥਾਪਕ ਆ ਹੀਰਾ ਸਿੰਘ ਨਾ ਕਈ ਇਹ ਤੁਸੀਂ ਯਾਦ ਰੱਖਣਾ ਹੋਣਾ ਅਸੀਂ ਗੱਲ ਕੀਤੀ ਸੀਗੀ ਵਿੱਚ ਇੱਕ ਮਿਸਲ ਦੀ ਜਿਸ ਦਾ ਨਾਮ ਸੀਗਾ ਫੂਲਕੀਆ ਮਿਸਲ ਹੈ ਠੀਕ ਹੈ ਕੀ ਨਾਮ ਸੀਗਾ ਫੂਲਕੀਆ ਮਿਸਲ ਜੇਕਰ ਦੇਖੋ ਅਸੀਂ ਫੂਲਕੀਆ ਮਿਸਲ ਦੀ ਗੱਲ ਕਰੀਏ ਤੁਸੀਂ ਸਾਰੇ ਸੋਚੋਗੇ ਕਿ ਫੂਲਕੀਆ ਮਿਸਲ ਆ ਜਿਹੜੇ ਇਸ ਦੇ ਸੰਸਥਾਪਕ ਆ ਕੌਣ ਨੇ ਦੇ ਨਾਲ ਮੀਲ ਕਰਾਉਣਾ ਠੀਕ ਹੈ ਇਹ ਤਾਂ ਮੈਂ ਤੁਹਾਨੂੰ ਦੱਸੀਆ ਕਿ ਇਹਨਾਂ ਨੇ ਸੰਸਥਾ ਇਹਨਾਂ ਨੇ ਸਥਾਪਨਾ ਕੀਤੀ ਹੈ ਜਾਨੀ ਕਿ ਸੰਸਥਾਪਕ ਆ ਇਹ ਠੀਕ ਹੈ ਪਰ ਹੁਣ ਜਿਵੇਂ ਅਸੀਂ ਗੱਲ ਕਰੀਏ ਸ਼ੁਕਰ ਚੱਕੀਆ ਮਿਸਲ ਹੀ ਲਗਾ ਲਓ ਠੀਕ ਹੈ ਇਹਨਾਂ ਨੂੰ ਸ਼ੁਰੂ ਕੀਤਾ ਸੀ ਚੜਤ ਸਿੰਘ ਨੇ ਜੋ ਕਿ ਰঞ্জੀਤ ਮਹਾਰਾਜਾ ਰঞ্জੀਤ ਸਿੰਘ ਜੀ ਦੇ ਦਾਦਾ ਜੀ ਸੀ ਠੀਕ ਹੈ ਤੇ ਇਹਨਾਂ ਦਾ ਜਿਹੜਾ ਸਬੰਧ ਆ ਫਿਰ ਉਹ ਮਹਾਰਾਜਾ ਰঞ্জੀਤ ਸਿੰਘ ਜੀ ਦੇ ਨਾਲ ਹੋਇਆ ਇਸ ਮਿਸਲ ਦਾ ਸਬੰਧ ਠੀਕ ਹੈ ਇਸ ਦੇ ਸਰਦਾਰ ਇਸ ਤਰ੍ਹਾਂ ਕਈ ਅੱਗੇ ਪੀੜ੍ਹੀ ਪੀੜੀਆਂ ਦੇ ਵਿੱਚੋਂ ਨਾਮ ਲਿਖੇ ਹੋਇਆ ਠੀਕ ਹੈ ਜੇਕਰ ਅਸੀਂ ਗੱਲ ਕਰੀਏ ਤਾਂ ਇਸ ਕਰਕੇ ਇਹਦੇ ਵਿੱਚੋਂ ਹੋ ਸਕਦਾ ਕੁਝ ਨਾਮ ਤੁਹਾਨੂੰ ਅੱਗੇ ਪਿੱਛੇ ਮਿਲਣ ਜਿਵੇਂ ਜਿਹੜੇ ਮੈਂ ਬੋਲੇ ਆ ਮੈਂ ਸੰਸਥਾਪਕਾਂ ਦੇ ਨਾਮ ਬੋਲੇ ਆ ਇਸ ਗੱਲ ਦਾ ਧਿਆਨ ਰੱਖਣਾ ਹਾਂਜੀ ਹੁਣ ਅਸੀਂ ਗੱਲ ਕਰਦੇ ਹਾਂ ਆਪਣੇ ਰਾਈਟ ਆਨਸਰ ਦੀ ਸਭ ਤੋਂ ਪਹਿਲਾਂ ਦੇਖ ਸਕਦੇ ਹੋ ਤੁਸੀਂ ਸ਼ੁਕਰ ਚੱਕੀ ਆ ਮਿਸਲ ਤਾਂ ਇਸ ਦੇ ਸੰਸਥਾਪਕਤਾ ਹੈ ਚੜਤ ਸਿੰਘ ਪਰ ਇਸ ਆਪਸ਼ਨ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਸਰਦਾਰ ਸੀਐਸ ਦੇ ਠੀਕ ਹੈ ਕਿਉਂਕਿ ਬਾਬਾ ਇਨਾਂ ਦੇ ਦਾਦਾ ਜੀ ਸੀਗੇ ਚੜਤ ਸਿੰਘ ਤੇ ਉਹਨਾਂ ਤੋਂ ਬਾਅਦ ਹੀ ਆਹ ਮਹਾਰਾਜਾ ਰਣਜੀਤ ਸਿੰਘ ਜੀ ਦਾ ਮਿਸਲ ਇਸ ਮਿਸਲ ਨਾਲ ਸੰਬੰਧ ਉਹ ਬਣਿਆ ਸੁਕਰਚੱਕੇ ਨਾਲ ਤੇ ਹਾਂਜੀ ਇਸ ਤੋਂ ਇਲਾਵਾ ਜੇਕਰ ਅਸੀਂ ਗੱਲ ਕਰੀਏ ਆਹਲੂ ਵਾਲੀਆਂ ਮਿਸਲ ਦੀ ਆਹਲੂ ਵਾਲੀਆਂ ਮਿਸਲ ਹੈ ਜਿਹੜੀ ਇਹਨੂੰ ਜੱਸਾ ਸਿੰਘ ਆਹਲੂ ਵਾਲੀਆ ਇਸ ਦੇ ਸਰਦਾਰ ਆ ਫੂਲਕੀਆ ਮਿਸਲ ਹਾਂਜੀ ਤੇ ਉਸ ਤੋਂ ਬਾਅਦ ਜੇਕਰ ਤੁਹਾਨੂੰ ਕਿਸ ਦਾ ਨਾਮ ਵੀ ਪਤਾ ਲੱਗੇ ਜਿਵੇਂ ਹੁਣ ਮੇਰੇ ਕੋਲ ਦਿੱਤੀ ਹੋਈ ਹੈ ਡੱਲੇ ਵਾਲੀ ਆ ਮਿਸਲ ਡੱਲੇ ਵਾਲੀਆ ਦਾ ਮਿਸਲ ਦਾ ਸਬੰਧ ਕਿਹਦੇ ਨਾਲ ਸੀਗਾ ਗੁਲਾਬ ਸਿੰਘ ਦੇ ਨਾਲ ਸੀ ਹੁਣ ਅਸੀਂ ਜੇਕਰ ਗੱਲ ਲਈਏ ਫੂਲਕੀਆ ਮਿਸਲ ਦੀ ਤਾਂ ਇਸ ਦਾ ਸਬੰਧ ਆਲਾ ਸਿੰਘ ਨਾਲ ਸੀ ਠੀਕ ਹੈ ਬਾਬਾ ਆਲਾ ਜੀ ਨੇ ਹੀ ਉਹਦੀ ਸਥਾਪਨਾ ਕੀਤੀ ਸੀ ਪਟਿਆਲੇ ਦੀ ਇਸ ਕਰਕੇ ਤੁਸੀਂ ਯਾਦ ਰੱਖਣਾ ਸੌਰੀ ਬਾਈ ਮਿਸਟੇਕ ਮੇਰੇ ਤੋਂ ਆਪਸ਼ਨਸ ਐਡ ਨਹੀਂ ਹੋਈਆਂ ਇਸ ਦੀ ਤਾਂ ਇਸ ਦਾ ਜੋ ਰਾਈਟ ਆਨਸਰ ਹੈ ਉਹ ਬਣ ਰਿਹਾ ਹੈ 4321 ਠੀਕ ਹੈ ਉੜਾ ਆਪਸ਼ਨ ਬਣੇਗੀ 4321 ਦੀ ਨੈਕਸਟ ਕੁਐਸ਼ਨ ਮਹਾਰਾਜਾ ਰਣਜੀਤ ਸਿੰਘ ਵੱਲੋਂ ਸਥਾਪਿਤ ਕੀਤੀ ਸਿੱਖ ਰਾਜ ਦੀ ਰਾਜਧਾਨੀ ਕੀ ਸੀ ਹਾਂਜੀ ਮਹਾਰਾਜਾ ਰਣਜੀਤ ਸਿੰਘ ਜੀ ਵੱਲੋਂ ਸਥਾਪਿਤ ਕੀਤੀ ਸਿੱਖ ਰਾਜ ਦੀ ਜੋ ਰਾਜਧਾਨੀ ਸੀ ਉਹ ਕੀ ਸੀ ਲਾਹੌਰ ਆਪਸ਼ਨ ਨੰਬਰ ਊੜਾਇਜ਼ਾ ਰਾਈਟ ਆਂਸਰ ਹੈ ਲਾਹੌਰ ਸੀ ਠੀਕ ਹੈ ਇਹ ਤੁਸੀਂ ਯਾਦ ਰੱਖੀਏ ਸੁਕਰ ਚੱਕੀ ਆ ਮਿਸਲ ਦੀ ਠੀਕ ਹੈ ਤੁਹਾਨੂੰ ਅਲੱਗ-ਅਲੱਗ ਬੁੱਕਸ ਦੇ ਵਿੱਚ ਅਲੱਗ-ਅਲੱਗ ਕੁਝ ਵਿਚਾਰ ਮਿਲਣਗੇ ਜਿਵੇਂ ਇਸ ਦੇ ਸੰਸਥਾਪਕਵੇਂ ਬੋਲਿਆ ਸੀ ਚੜਤ ਸਿੰਘ ਠੀਕ ਹੈ ਪਰ ਇਸ ਤੋਂ ਇਲਾਵਾ ਤੁਹਾਨੂੰ ਬੁੱਧ ਸਿੰਘ ਅਤੇ ਨੋਦ ਸਿੰਘ ਵੀ ਮਿਲ ਸਕਦੇ ਆ ਤੇ ਉਹਦੇ ਵਿੱਚ ਵੀ ਤੁਸੀਂ ਧਿਆਨ ਰੱਖ ਕੇ ਜੇਕਰ ਆਪਸ਼ਨ ਦੇ ਵਿੱਚ ਤੁਹਾਨੂੰ ਇਹਨਾਂ ਦੇ ਵਿੱਚੋਂ ਕੋਈ ਹੋਰ ਨਾਮ ਹੋਵੇ ਤਾਂ ਉਹ ਟਿਕ ਕਰ ਦੇਣਾ ਕਿਉਂਕਿ ਉਹ ਵੀ ਸਹੀ ਨੇ ਕਈ ਬੁੱਕਸ ਦੇ ਵਿੱਚ ਅਲੱਗ-ਅਲੱਗ ਵਿਚਾਰ ਪੇਸ਼ ਕੀਤੇ ਨੇ ਤਾਂ ਕਿਸੇ ਵੀ ਤਰ੍ਹਾਂ ਤੁਹਾਡਾ ਰਾਈਟ ਆਨਸਰ ਹੋ ਸਕਦਾ ਹੈ ਵੈਸੇ ਤਾਂ ਇੰਨਾ ਡੂੰਘਾਈ ਦੇ ਵਿੱਚ ਨਹੀਂ ਆਵੇਗਾ بس ਤੁਸੀਂ ਇੰਨਾ ਹੀ ਯਾਦ ਰੱਖਣਾ ਕਿ ਸ਼ੁਕਰਚਕੀਆ ਮਿਸਲ ਦਾ ਸਬੰਧ ਮਹਾਰਾਜਾ ਰਣਜੀਤ ਸਿੰਘ ਜੀ ਨਾਲ ਹੈ ਠੀਕ ਹੈ ਇਹ ਮਹਾਰਾਜਾ ਰਣਜੀਤ ਸਿੰਘ ਜੀ ਨਾਲ ਹੀ ਰਿਲੇਟਡ ਕੁਐਸ਼ਨ ਤੇ ਇੱਕ ਬਾਬਾ ਬੰਦਾ ਸਿੰਘ ਬਹਾਦਰ ਜੀ ਨਾਲ ਰਿਲੇਟਡ ਕੁਐਸ਼ਨ ਜ਼ਿਆਦਾ ਇੰਪੋਰਟੈਂਟ ਬਣਦੇ ਨੇ ਹਾਂਜੀ ਨੈਕਸਟ ਕੁਐਸ਼ਨ ਮਹਾਰਾਜਾ ਰਣਜੀਤ ਸਿੰਘ ਦੇ ਵਾਰਿਸ਼ਾਂ ਦੇ ਨਾਮਾਂ ਨੂੰ ਕਾਲ ਕਰਮ ਕਰੋ ਹਾਂਜੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਵਾਰਿਸ਼ਾਂ ਦੇ ਨਾਮ ਨੂੰ ਕਾਲ ਕਰਮ ਕਰਨਾ ਵਾ ਸਭ ਤੋਂ ਪਹਿਲਾਂ ਦੇਖੋ ਖੜਕ ਸਿੰਘ ਠੀਕ ਹੈ ਉਸ ਤੋਂ ਬਾਅਦ ਨੌ ਨਿਹਾਲ ਸਿੰਘ ਫਿਰ ਸ਼ੇਰ ਸਿੰਘ ਤੇ ਉਸ ਤੋਂ ਬਾਅਦ ਦਲੀਪ ਸਿੰਘ ਤਾਂ ਆਪਸ਼ਨ ਨੰਬਰ ਇਸ ਦੇ ਵਿੱਚ ਕਿਹੜੀ ਰਾਈਟ ਵੰਦੀ ਆ 2 3 4 1 ਦੀ ਆਪਸ਼ਨ ਨੰਬਰ ਊਡ ਆ ਇਸ ਦਾ ਰਾਈਟ ਆਂਸਰ ਨੈਕਸਟ ਕੁਐਸ਼ਨ ਕਿਸ ਲੜਾਈ ਤੋਂ ਬਾਅਦ ਸਿੱਖ ਰਾਜ ਖਤਮ ਹੋ ਕੇ ਪੰਜਾਬ ਅੰਗਰੇਜ਼ਾਂ ਦੇ ਅਧੀਨ ਆ ਗਿਆ ਤੇ ਬਾਅਦ ਵਿੱਚ ਉੱਤਰ ਪੱਛਮੀ ਫਰੰਟੀਅਰ ਪ੍ਰਾਂਤ ਬਣ ਗਿਆ ਹਾਂਜੀ ਐਂਗਲੋ ਸਿੱਖ ਯੁੱਧ ਲੜਾਈ ਤੋਂ ਬਾਅਦ ਸਿੱਖ ਰਾਜ ਖਤਮ ਹੋ ਕੇ ਪੰਜਾਬ ਅੰਗਰੇਜ਼ਾਂ ਦੇ ਅਧੀਨ ਆ ਗਿਆ ਸੀ ਤੇ ਬਾਅਦ ਵਿੱਚ ਉੱਤਰ ਪੱਛਮੀ ਫਰੰਟੀਅਰ ਪ੍ਰਾਂਤ ਬਣ ਗਿਆ ਸੀ ਆਪਸ਼ਨ ਨੰਬਰ ਊੜਾ ਇਸ ਦਾ ਰਾਈਟ ਆਨਸਰ ਐਂਗਲੋ ਸਿੱਖ ਲੜਾਈ ਹਾਂਜੀ ਐਂਗਲੋ ਸਿੱਖ ਲੜਾਈਆਂ ਜਿਹੜੀਆਂ ਇਹ 1845 ਤੋਂ ਲੈ ਕੇ 1846 ਤੱਕ ਚੱਲੀਆਂ ਸੀ ਕਿਦੋਂ ਚੱਲੀਆਂ ਸੀ 1845 ਤੋਂ 1846 ਤੱਕ ਚੱਲੀਆਂ ਸੀਗੀਆਂ ਠੀਕ ਹੈ ਸਭ ਤੋਂ ਪਹਿਲਾਂ ਇਹਦੇ ਵਿੱਚ ਹੋਈ ਸੀ ਮੁੱਦਕੀ ਦੀ ਲੜਾਈ ਜਿਹੜੀ ਕਿ ਲਾਲ ਸਿੰਘ ਅਤੇ ਸਰ ਗਫ ਦੇ ਵਿੱਚਕਾਰ ਹੋਈ ਸੀ ਤੇ ਸਰ ਗਫ ਹੀ ਜੇਤੂ ਰਹੇ ਸੀ ਇਹ ਹੋਈ ਸੀ 18 ਦਸੰਬਰ 1845 ਨੂੰ ਨੋਟ ਕਰ ਲੈਣਾ ਉਸ ਤੋਂ ਬਾਅਦ ਹੋਈ ਸੀ ਫਿਰੋਜ਼ ਸਹਿਰ ਦੀ ਲੜਾਈ ਫਿਰੋਜ਼ ਸਹਿਰ ਦੀ ਲੜਾਈ ਹੋਈ ਸੀ ਲਾਲ ਸਿੰਘ ਅਤੇ ਤੇਜ ਸਿੰਘ ਤੇ ਇਹਨਾਂ ਦੀ ਲੜਾਈ ਹੋਈ ਸੀ ਇਹ ਸਰ ਗਫ ਦੇ ਨਾਲ ਤੇ ਸਰ ਗਫ ਹੀ ਜੇਤੂ ਰਹੇ ਸੀ ਇਹ ਲੜਾਈ 21 ਦਸੰਬਰ 1845 ਨੂੰ ਹੋਈ ਸੀ ਠੀਕ ਹੈ ਉਸ ਤੋਂ ਬਾਅਦ ਹੋਈ ਸੀ ਪਹਿਲੇ ਐਂਗਲੋ ਸਿੱਖ ਯੁੱਧ ਦੀਆਂ ਲੜਾਈਆਂ ਦੀ ਗੱਲ ਕਰ ਰਹੀਆਂ ਪੰਜ ਲੜਾਈਆਂ ਹੋਈਆਂ ਸੀਗੀਆਂ ਪਹਿਲੇ ਸਿੱਖ ਐਂਗਲੋ ਯੁੱਧ ਦੇ ਵਿੱਚ ਠੀਕ ਹੈ ਦੇ ਦੋ ਦੀ ਗੱਲ ਕਰ ਲਈ ਅਸੀਂ ਤੀਜੀ ਦੀ ਗੱਲ ਕਰਦੇ ਹਾਂ ਵੱਦੋਵਾਲ ਦੀ ਲੜਾਈ ਇਹ ਰਣਜੋਤ ਸਿੰਘ ਮਜੀਠੀਆ ਦੇ ਵਿਚਕਾਰ ਅਤੇ ਹੈਨਰੀ ਸਮਿਥ ਦੇ ਵਿਚਕਾਰ ਹੋਈ ਸੀ ਕਿਉਂਕਿ ਤੇ ਇਸ ਦੇ ਵਿੱਚ ਰਣਜੋਤ ਸਿੰਘ ਮਜੀਠੀਆ ਜੇਤੂ ਰਹੇ ਸੀ ਇਹ ਲੜਾਈ 21 ਜਨਵਰੀ 1846 ਨੂੰ ਹੋਈ ਸੀ ਉਸ ਤੋਂ ਬਾਅਦ ਆਲੀਵਾਲ ਦੀ ਲੜਾਈ ਹੋਈ ਇਹ ਰਣਜੋਧ ਸਿੰਘ ਮਜੀਠੀਆ ਅਤੇ ਹੈਨਰੀ ਸਮਿਥ ਦੇ ਵਿਚਕਾਰ ਹੋਈ ਇਸ ਦੇ ਵਿੱਚ ਹੈਨਰੀ ਸਮਿਥ ਜੇਤੂ ਰਹੇ ਇਹ 28 ਜਨਵਰੀ 1846 ਨੂੰ ਹੋਈ ਸੀ ਫਿਰ ਸਬਰਾਉ ਦੀ ਲੜਾਈ ਹੋਈ ਸਬਰਾਉ ਦੀ ਲੜਾਈ ਲਾਲ ਸਿੰਘ ਤੇਜ ਸਿੰਘ ਸ਼ਾਮ ਸਿੰਘ ਟਾਰੀ ਵਾਲੀਆਂ ਨੇ ਕਿੰਨਾ ਦੇ ਨਾਲ ਹੋਈ ਸੀਗੀ ਗਫ ਅਤੇ ਹਾਰਡਿੰਗ ਦੇ ਵਿਚਕਾਰ ਠੀਕ ਹੈ ਲਾਲ ਸਿੰਘ ਤੇਜ ਸਿੰਘ ਅਤੇ ਸ਼ਾਮ ਸਿੰਘ ਟਾਰੀਵਾਲੀਆ ਦੀ ਲੜਾਈ ਹੋਈ ਸੀ ਇਹ ਗਾਫ ਅਤੇ ਹਾਰਡਿੰਗ ਦੇ ਨਾਲ ਤੇ ਇਸ ਦੇ ਵਿੱਚ ਗਾਫ ਅਤੇ ਹਾਰਡਿੰਗ ਹੀ ਜੇਤੂ ਰਹੇ ਸੀ ਤੇ ਲੜਾਈ 10 ਫਰਵਰੀ 1846 ਨੂੰ ਹੋਈ ਸੀ ਹੁਣ ਜੇਕਰ ਅਸੀਂ ਗੱਲ ਕਰੀਏ ਦੂਜੇ ਐਂਗਲੋ ਯੁੱਧ ਦੀ ਤਾਂ ਦੂਜੇ ਐਂਗਲੋ ਯੁੱਧਾ ਜਿਹੜਾ ਇਹ 1848 ਤੋਂ 1849 ਤੱਕ ਚੱਲਿਆ ਸੀ ਠੀਕ ਹੈ 1848 ਤੋਂ 1849 ਤੱਕ ਚੱਲਿਆ ਸੀ ਤੇ ਇਸ ਦੇ ਵਿੱਚ ਜੋ ਪਹਿਲੀ ਲੜਾਈ ਹੋਈ ਸੀ ਉਹ ਹੋਈ ਸੀ ਰਾਮਨਗਰ ਦੀ ਲੜਾਈ ਜਿਹੜੀ ਕਿ ਸ਼ੇਰ ਸਿੰਘ ਟਾਰੀਵਾਲੀਆ ਅਤੇ ਸਰ ਗਫ ਦੇ ਵਿਚਕਾਰ ਹੋਈ ਸੀ ਤੇ ਇਸ ਦੇ ਵਿੱਚ ਸ਼ੇਰ ਸਿੰਘ ਟਾਰੀਵਾਲੀਆ ਹੀ ਜੇਤੂ ਰਹੇ ਸੀ ਤੇ ਲੜਾਈ 22 ਨਵੰਬਰ 1848 22 ਨਵੰਬਰ 1848 ਨੂੰ ਹੋਈ ਸੀ ਤੇ ਉਸ ਤੋਂ ਬਾਅਦ ਹੋਈ ਸੀ ਚਿੱਲਿਆਂ ਵਾਲਾਂ ਦੀ ਲੜਾਈ ਚਿਰਿਆਂ ਵਾਲਾਂ ਦੀ ਲੜਾਈ ਸ਼ੇਰ ਸਿੰਘ ਟਾਰੀਵਾਲਾ ਅਤੇ ਸਰਗਫ ਦੇ ਵਿਚਕਾਰ ਹੋਈ ਸੀ 13 ਜਨਵਰੀ 1849 ਨੂੰ ਉਸ ਤੋਂ ਬਾਅਦ ਹੋਈ ਸੀ ਗੁਜਰਾਤ ਦੀ ਲੜਾਈ ਜਿਹੜੀ ਕਿ ਚਤਰ ਸਿੰਘ ਸ਼ੇਰ ਸਿੰਘ ਟਾਰੀਵਾਲੀਆ ਅਤੇ ਸਰਗਫ ਦੇ ਵਿਚਕਾਰ ਹੋਈ ਸੀ ਸਰਗਫ ਇਸ ਦੇ ਵਿੱਚ ਜੇਤੂ ਰਹੇ ਸੀ 21 ਫਰਵਰੀ 1849 ਦੇ ਵਿੱਚ ਹੀ ਲੜਾਈ ਹੋਈ ਸੀ ਠੀਕ ਹੈ ਤੇ ਇਸ ਤੋਂ ਬਾਅਦ ਆ ਜਿਹੜਾ ਪੰਜਾਬ ਬ੍ਰਿਟਿਸ਼ ਸ਼ਾਸਨ ਦੇ ਅਧੀਨ ਆ ਗਿਆ ਸੀ ਜਾਨੀ ਕਿ ਉੱਤਰ ਪੱਛਮੀ ਫਰੰਟੀਅਰ ਪ੍ਰਾਂਤ ਬਣ ਗਿਆ ਸੀ ਠੀਕ ਹੈ ਇਹ ਤੁਸੀਂ ਯਾਦ ਰੱਖਣਾ ਨੈਕਸਟ ਕੁਐਸ਼ਨ ਅੰਗਰੇਜ਼ਾਂ ਦੀ ਨਵਦੌਨ ਆਉਣ ਤੋਂ ਬਾਅਦ 1859 ਵਿੱਚ ਪੰਜਾਬ ਦਾ ਪਹਿਲਾ ਗਵਰਨਰ ਕਿਸ ਨੂੰ ਬਣਾਇਆ ਗਿਆ ਹਾਂਜੀ ਅੰਗਰੇਜ਼ਾਂ ਅਧੀਨ ਜਦੋਂ ਪੰਜਾਬ ਆ ਗਿਆ ਸੀ 1859 ਦੇ ਵਿੱਚ ਤਾਂ ਪੰਜਾਬ ਦਾ ਗਵਰਨਰ ਕਿਸ ਨੂੰ ਬਣਾਇਆ ਗਿਆ ਤਾਂ ਇਸ ਕੁਐਸ਼ਨ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ ਊੜਾ ਇੱਥੇ ਉਹਨਾਂ ਸਰ ਸਰ ਜੌਨ ਲਾਰੈਂਸ ਨੂੰ ਆਪਸ਼ਨ ਨੰਬਰ ਊੜਾ ਇਸ ਦਾ ਰਾਈਟ ਆਨਸਰ ਹੈ ਨੈਕਸਟ 1901 ਵਿੱਚ ਫਰੰਟੀਅਰ ਦੇ ਕੁਝ ਜ਼ਿਲ੍ਹਿਆਂ ਨੂੰ ਕਿਹੜੇ ਦਰਿਆ ਤੋਂ ਪਾਰ ਪੰਜਾਬ ਵੱਖ ਕਰਕੇ ਉੱਤਰ ਪੱਛਮੀ ਫਰੰਟੀਅਰ ਪ੍ਰਾਂਤ ਨਾਮ ਦਾ ਇੱਕ ਨਵਾਂ ਪ੍ਰਾਂਤ ਬਣਾ ਦਿੱਤਾ ਗਿਆ ਸੀ ਹਾਂਜੀ 1901 ਵਿੱਚ ਫਰੰਟੀਅਰ ਦੇ ਕੁਝ ਜ਼ਿਲ੍ਹਿਆਂ ਨੂੰ ਆਮ ਸਿੰਧੂ ਦਰਿਆ ਤੋਂ ਪਾਰ ਕਰਕੇ ਪੰਜਾਬ ਤੋਂ ਵੱਖ ਕਰਕੇ ਉੱਤਰ ਪੱਛਮੀ ਫਰੰਟੀਅਰ ਪ੍ਰਾਂਤ ਨਾਮ ਦਾ ਇੱਕ ਨਵਾਂ ਪ੍ਰਾਂਤ ਬਣਾ ਦਿੱਤਾ ਗਿਆ ਆਪਸ਼ਨ ਨੰਬਰ E ਇਸ ਦਾ ਰਾਈਟ ਆਨਸਰ ਹੈ ਨੈਕਸਟ ਪਾਸ਼ਾ ਦੇ ਆਧਾਰ ਤੇ ਪੰਜਾਬੀ ਸੂਬਾ ਬਣਾਉਣ ਦੀ ਲਹਿਰ ਦੇ ਮੁੱਖ ਲੀਡਰ ਸਨ ਹਾਂਜੀ ਪਾਸ਼ਾ ਦੇ ਆਧਾਰ ਤੇ ਪੰਜਾਬੀ ਸੂਬਾ ਬਣਾਉਣ ਦੀ ਲਹਿਰ ਦੇ ਮੁੱਖ ਲੀਡਰ ਸਨ ਮਾਸਟਰ ਤਾਰਾ ਸਿੰਘ ਅਤੇ ਸੰਤ ਫਤੇ ਸਿੰਘ ਆਪਸ਼ਨ ਨੰਬਰ ਡੀ ਈ ਡੀ ਇਜ਼ ਦਾ ਰਾਈਟ ਆਨਸਰ ਉਪਰੋਕਤ ਦੋਵੇਂ ਹੀ ਨੈਕਸਟ ਕੁਐਸਚਨ ਇਨਾਂ ਵਿੱਚ ਕਿਹੜੀ ਰਿਆਸਤ ਪੈਪਸੂ ਦਾ ਹਿੱਸਾ ਸੀ ਹਾਂਜੀ ਇਹਨਾਂ ਦੇ ਵਿੱਚੋਂ ਕਿਹੜੀ ਰਿਆਸਤ ਪੈਪਸੂ ਦਾ ਹਿੱਸਾ ਸੀ ਦੇਖੋ ਪੈਪਸੂ ਦੇ ਵਿੱਚ 8 ਰਿਆਸਤਾਂ ਸੀਗੀਆਂ ਪਹਿਲੀ ਨਾਲਾਗੜ ਜਿਹੜੀ ਕਿ ਹਿੰਦੂ ਰਿਆਸਤ ਸੀ ਫਿਰ ਕਲਸੀਆ ਫਿਰ ਮਲੇਰਕੋਟਲਾ ਜਿਹੜੀ ਮੁਸਲਿਮ ਰਿਆਸਤ ਸੀ ਉਸ ਤੋਂ ਬਾਅਦ ਪਟਿਆਲਾ ਇਹ ਪੈਪਸੂ ਦੀ ਰਾਜਧਾਨੀ ਸੀ ਫਿਰ ਨਾਬਾ ਫਿਰ ਕਪੂਰਥਲਾ ਫਿਰ ਜੀਂਦ ਫਿਰ ਫਰੀਦਕੋਟ ਆਪਸ਼ਨ ਨੰਬਰ ਡੀ ਇਸ ਕੋਆਇਸ਼ਨ ਦਾ ਰਾਈਟ ਆਨਸਰ ਹੈ ਕਿ ਉਪਰੋਕਤ ਸਾਰੀਆਂ ਹੀ ਪੈਪਸੂ ਦੀਆਂ रियासतਾਂ ਸੀ ਠੀਕ ਹੈ ਹੋ ਸਕਦਾ ਤੁਹਾਨੂੰ ਇਹ ਪੁੱਛ ਲਿਆ ਜਾਵੇ ਕਿ ਇਹਨਾਂ ਵਿੱਚੋਂ ਕਿਹੜੀ ਪੈਪਸੂ ਰਾਜ ਦੀ रियासत ਨਹੀਂ ਹੈ ਤਾਂ ਹੋ ਸਕਦਾ ਤੁਹਾਨੂੰ ਆਪਸ਼ਨ A ਪਟਿਆਲਾ ਹੋਵੇ ਆਪਸ਼ਨ B ਨਾਬਾ ਹੋਵੇ ਤੇ ਆਪਸ਼ਨ C ਜਲੰਧਰ ਹੋਵੇ ਤਾਂ ਆਪਸ਼ਨ C ਰਾਈਟ ਹੋਵੇਗਾ ਕਿ ਜਲੰਧਰ ਨਹੀਂ ਹੈ ਠੀਕ ਹੈ ਇਸ ਤਰ੍ਹਾਂ ਧਿਆਨ ਰੱਖਣਾ ਨੈਕਸਟ ਪਹਿਲੀ ਐਂਗਲੋ ਸਿੱਖ ਲੜਾਈ ਵੇਲੇ ਬ੍ਰਿਟਿਸ਼ ਗਵਰਨਰ ਜਨਰਲ ਕੌਣ ਸੀ ਹਾਂਜੀ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਹਾਂ ਪਹਿਲੀ ਐਂਗਲੋ ਸਿੱਖ ਲੜਾਈ ਵੇਲੇ ਬ੍ਰਿਟਿਸ਼ ਗਵਰਨਰ ਜਨਰਲ ਕੌਣ ਸੀ ਲਾਰਡ ਹਾਰਡਿੰਗ ਆਪਸ਼ਨ ਨੰਬਰ ਈ ਇਜ਼ ਦਾ ਰਾਈਟ ਆਨਸਰ ਨੈਕਸਟ ਹਾਂਜੀ ਇਹ ਕਿਸ ਦਾ ਕਥਨ ਹੈ ਕਿ ਪੰਜਾਬ ਤੇ ਕਬਜ਼ਾ ਕਰਨਾ ਕਬਜ਼ਾ ਨਹੀਂ ਸੀ ਵਿਸ਼ਵਾਸ ਘਾਤ ਸੀ ਤੇ ਇਹ ਕਥਨ ਹੈਗਾ ਨੈਪੀਅਰ ਦਾ ਆਪਸ਼ਨ ਨੰਬਰ ਡਾ ਇਜ਼ ਦਾ ਰਾਈਟ ਆਨਸਰ ਕਿ ਪੰਜਾਬ ਤੇ ਕਬਜ਼ਾ ਕਰਨਾ ਕਬਜ਼ਾ ਨਹੀਂ ਬਲਕਿ ਵਿਸ਼ਵਾਸ ਘਾਤ ਸੀ ਨੈਕਸਟ ਕਿਸ ਗਵਰਨਰ ਜਨਰਲ ਨੇ ਪੰਜਾਬ ਤੇ ਕਬਜ਼ਾ ਕੀਤਾ ਸੀ ਹਾਂਜੀ ਕਿਹੜੇ ਗਵਰਨਰ ਜਨਰਲ ਨੇ ਪੰਜਾਬ ਤੇ ਕਬਜ਼ਾ ਕੀਤਾ ਸੀ ਦਲਹੌਜੀ ਨੇ ਠੀਕ ਹੈ ਦਲਹੌਜੀ ਨੇ ਕੀਤਾ ਸੀ অপਸ਼ਨ ਨੰਬਰ ਆੜਾ ਇਜ਼ ਦਾ ਰਾਈਟ ਆਂਸਰ ਜੀ ਨੇ ਠੀਕ ਇਥੇ ਮਿਸਟੇਕ ਹੈ ਸਪੈਲਿੰਗ ਦੇ ਵਿੱਚ ਲਾਰਡ ਦਲਹੌਜੀ ਨੇ ਪੰਜਾਬ ਤੇ ਕਬਜ਼ਾ ਕੀਤਾ ਸੀ অপਸ਼ਨ ਨੰਬਰ ਆੜਾ ਇਜ਼ ਦਾ ਰਾਈਟ ਆਂਸਰ ਨੈਕਸਟ ਕੁਐਸ਼ਨ ਕਿਸ ਸੰਧੀ ਨਾਲ ਪਹਿਲੀ ਐਂਗਲੋ ਸਿੱਖ ਲੜਾਈ ਖਤਮ ਹੋਈ ਹਾਂਜੀ ਕਿਹੜੀ ਸੰਧੀ ਦੇ ਨਾਲ ਪਹਿਲੀ ਐਂਗਲੋ ਸਿੱਖ ਲੜਾਈ ਖਤਮ ਕੀਤੀ ਗਈ ਸੀ ਤਾਂ ਇਸ ਕੁਐਸ਼ਨ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ ਉੜਾ ਲਾਹੌਰ ਲਾਹੌਰ ਦੀ ਸੰਧੀ ਨਾਲ ਪਹਿਲੀ ਐਂਗਲੋ ਸਿੱਖ ਲੜਾਈ ਖਤਮ ਹੋਈ ਸੀ ਨੈਕਸਟ ਨਾਮਤਾਰੀ ਲਹਿਰ ਜਾਂ ਕੂਕਾ ਲਹਿਰ ਨੂੰ ਭਾਈ ਰਾਮ ਸਿੰਘ ਨੇ ਕਦੋਂ ਸ਼ੁਰੂ ਕੀਤਾ ਸੀ ਹਾਂਜੀ ਨਾਮਤਾਰੀ ਲਹਿਰ ਜਾਂ ਕੂਕਾ ਲਹਿਰ ਨੂੰ ਭਾਈ ਰਾਮ ਸਿੰਘ ਜਾਣੀ ਕਿ ਇਸ ਦੇ ਮੋਢੀ ਸੀ ਬਾਬਾ ਬਾਲਕ ਸਿੰਘ ਠੀਕ ਹੈ ਦਾ ਰਾਈਟ ਆਨਸਰ ਹੈ অপਸ਼ਨ ਨੰਬਰ ਅ 1 April 1857 ਇਸਵੀ ਨੂੰ ਕੂਕਾ ਲਹਿਰ ਜਾਂ ਨਾਮਤਾਰੀ ਲਹਿਰ ਸ਼ੁਰੂ ਕੀਤੀ ਗਈ ਸੀ ਨੈਕਸਟ ਕੁਐਸ਼ਨ ਅੰਗਰੇਜ਼ਾਂ ਖਿਲਾਫ ਸਭ ਤੋਂ ਪਹਿਲੀ ਵਾਰ ਨਾਮਿਲਵਰਤਨ ਲਹਿਰ ਕਿਸ ਨੇ ਚਲਾਈ ਹਾਂਜੀ ਅੰਗਰੇਜ਼ਾਂ ਖਿਲਾਫ ਸਭ ਤੋਂ ਪਹਿਲੀ ਵਾਰ ਨਾਮਿਲਵਰਤਨ ਲਹਿਰ ਚਲਾਈ ਸੀ ਨਾਮਤਾਰੀ ਲਹਿਰ ਨੇ অপਸ਼ਨ ਨੰਬਰ ਈਡੀ ਇਜ਼ ਦਾ ਰਾਈਟ ਆਨਸਰ ਨਾਮਿਲਵਰਤਨ ਲਹਿਰ ਕਿਸ ਨੇ ਚਲਾਈ ਸੀ ਨਾਮਤਾਰੀ ਲਹਿਰ ਆ ਨੈਕਸਟ ਕੁਐਸ਼ਨ ਕੂਕਾ ਦਾ ਨਾਮਤਾਰੀ ਲਹਿਰ ਵਿੱਚ ਕਿਸ ਪਸ਼ੂ ਨੂੰ ਹਾਂਜੀ ਕੂਕਾ ਦਾ ਨਾਮਤਾਰੀ ਲਹਿਰ ਵਿੱਚ ਕਿਸ ਪਸ਼ੂ ਨੂੰ ਪੂਜਿਆ ਜਾਂਦਾ ਹੈ ਹਾਂਜੀ ਕੂਕਾ ਦਾ ਨਾਮਤਾਰੀ ਲਹਿਰ ਵਿੱਚ ਕਿਹੜੇ ਪਸ਼ੂ ਨੂੰ ਪੂਜਿਆ ਜਾਂਦਾ ਹੈ ਗਾਂ ਨੂੰ ਆਪਸ਼ਨ ਨੰਬਰ ਈਡੀ ਇਜ਼ ਅ ਰਾਈਟ ਆਨਸਰ ਗਾਂ ਨੈਕਸਟ ਕੁਐਸ਼ਨ ਗੁਰਦੁਆਰਿਆਂ ਦੀ ਸਫਾਈ ਸੇਵਾ ਸੰਭਾਲ ਲਈ ਕਿਹੜਾ ਐਕਟ ਬਣਾਇਆ ਗਿਆ ਹਾਂਜੀ ਗੁਰਦੁਆਰਿਆਂ ਦੀ ਸਵੱਜੀ ਸੇਵਾ ਸੰਭਾਲ ਦੇ ਲਈ ਸਿੱਖ ਗੁਰਦੁਆਰਾ ਐਕਟ ਬਣਾਇਆ ਗਿਆ ਆਪਸ਼ਨ ਨੰਬਰ ਡਾ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਕਿਸ ਰਾਸ਼ਟਰਵਾਦੀ ਲੀਡਰ ਨੂੰ ਸ਼ੇਰ-ਏ-ਪੰਜਾਬ ਕਿਹਾ ਜਾਂਦਾ ਹੈ ਹਾਂਜੀ ਇਹਨਾਂ ਦੇ ਵਿੱਚੋਂ ਕਿੰਨਾ ਨੂੰ ਸ਼ੇਰ-ਏ-ਪੰਜਾਬ ਲੀਡਰ ਕਿਹਾ ਜਾਂਦਾ ਹੈ ਜਾਂ ਕਿਹੜੇ ਰਾਸ਼ਟਰਵਾਦੀ ਲੀਡਰ ਨੂੰ ਕਿਹਾ ਜਾਂਦਾ ਹੈ ਸ਼ੇਰ-ਏ-ਪੰਜਾਬ ਤਾਂ ਇਹ ਕਿਹਾ ਜਾਂਦਾ ਹੈ ਲਾਲਾ ਲਾਜਪਤ رائے ਨੂੰ ਆਪਸ਼ਨ ਨੰਬਰ ਆ ਡਾ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਦੇ ਪੰਜਾਬੀ ਐਂਡ ਦੀ ਪੀਪਲ ਅਖਬਾਰ ਦਾ ਸੰਪਾਦਕ ਕੌਣ ਸੀ ਹਾਂਜੀ ਦੇ ਪੰਜਾਬੀ ਐਂਡ ਦੀ ਪੀਪਲ ਅਖਬਾਰ ਦਾ ਸੰਪਾਦਕ ਕੌਣ ਸੀ ਲਾਲ ਲਾਜਪਤ ਰਾਏ ਜੀ ਆਪਸ਼ਨ ਨੰਬਰ ਊੜਾ ਇਸ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਇਹ ਕਿਸ ਨੇ ਕਿਹਾ ਸੀ ਕਿ ਅਸੀਂ ਨਾ ਤਾਂ ਸਿੱਖ ਹਾਂ ਨਾ ਹੀ ਪੰਜਾਬੀ ਤੇ ਸਾਡਾ ਧਰਮ ਦੇਸ਼ ਭਗਤੀ ਹੈ ਹਾਂਜੀ ਇਹ ਕਿਸ ਨੇ ਕਿਹਾ ਸੀ ਕਿ ਅਸੀਂ ਨਾ ਹੀ ਸਿੱਖ ਹਾਂ ਨਾ ਹੀ ਪੰਜਾਬੀ ਸਾਡਾ ਧਰਮ ਦੇਸ਼ ਭਗਤੀ ਆ ਤਾਂ ਇਹ ਕਿਹਾ ਸੀ ਬਾਬਾ ਸੋਹਣ ਸਿੰਘ ਪਕਣਾਣੇ ਆਪਸ਼ਨ ਨੰਬਰ E ਇਸ ਦਾ ਰਾਈਟ ਆਨਸਰ ਬਾਬਾ ਸੋਹਣ ਸੌਰੀ U ਦਾ ਰਾਈਟ ਆਨਸਰ ਬਾਬਾ ਸੋਹਣ ਸਿੰਘ ਪਕਣਾ ਨੈਕਸਟ ਕਿਸ ਕ੍ਰਾਂਤੀਕਾਰੀ ਨੇ ਇੰਗਲੈਂਡ ਵਿੱਚ ਭਾਰਤੀ ਵਿਦਿਆਰਥੀਆਂ ਲਈ ਵਜੀਫੇ ਦੀ ਸਕੀਮ ਸ਼ੁਰੂ ਕੀਤੀ ਸੀ ਹਾਂਜੀ ਇੰਗਲੈਂਡ ਦੇ ਵਿੱਚ ਭਾਰਤੀ ਵਿਦਿਆਰਥੀਆਂ ਦੇ ਲਈ ਵਜੀਫੇ ਦੀ ਸਕੀਮ ਸ਼ੁਰੂ ਕੀਤੀ ਸੀ ਲਾਲਾ ਹਰਦਵਾਰ ਹਰਦੇਵਾਲ ਨੇ অপশন নাম্বার ইডি ইজ দা রাইট आंसर नेक्स्ट কোশ্চেন জিলিয়া ਵਾਲੇ باغ ਦੇ ساکੇ ਦੇ ਵਿਰੋਧ ਵਿੱਚ ਕਿਸ ਨੇ ਅੰਗਰੇਜ਼ ਸਰਕਾਰ ਵੱਲੋਂ ਮਿਲਿਆ ਨਾਈਟਹੁਡ ਦਾ ਖਿਤਾਬ ਵਾਪਸ ਕਰ ਦਿੱਤਾ ਸੀ ਹਾਂਜੀ ਜਿਲੇਵਾਂ ਵਾਲੇ ਬਾਗ ਦੇ ਸਾਕੇ ਦੇ ਵਿਰੋਧ ਦੇ ਵਿੱਚ ਅੰਗਰੇਜ਼ ਸਰਕਾਰ ਵੱਲੋਂ ਮਿਲਿਆ ਨਾਈਟ ਹੁੱਡ ਦਾ ਕਿਤਾਬ ਵਾਪਸ ਕੀਤਾ ਸੀ ਰਵਿੰਦਰਨਾਥ ਟੈਗੋਰ ਨੇ ਆਪਸ਼ਨ ਨੰਬਰ 8 ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਕਿਸ ਮੁਸਲਿਮ ਨੇਤਾ ਨੂੰ ਸਵਰਨ ਮੰਦਿਰ ਦਰਬਾਰ ਸਾਹਿਬ ਅੰਮ੍ਰਿਤਸਰ ਦੀਆਂ ਟਾਬੀਆਂ ਸੌਂਪੀਆਂ ਗਈਆਂ ਸਨ ਹਾਂਜੀ ਕਿਹੜੇ ਮੁਸਲਿਮ ਨੇਤਾ ਨੂੰ ਸਵਰਨ ਮੰਦਿਰ ਦੀਆਂ ਟਾਬੀਆਂ ਸੌਂਪੀਆਂ ਗਈਆਂ ਸਨ ਡਾਕਟਰ ਕਿਚਲੂ ਨੂੰ ਆਪਸ਼ਨ ਨੰਬਰ ਈ ਇਜ਼ ਦਾ ਰਾਈਟ ਆਨਸਰ ਨੈਕਸਟ ਇੱਕ ਇਸਨੇ ਕਿਹਾ ਸੀ ਕਿ ਮੇਰੇ ਤੇ ਪਈ ਹਰੇਕ लाठी ਭਾਰਤ ਵਿੱਚ ਬ੍ਰਿਟਿਸ਼ ਹਕੂਮਤ ਦੇ ਤਾਬੂਤ ਵਿੱਚ ਇੱਕ ਮੇਕ ਠੋਕਣ ਦਾ ਕੰਮ ਕਰੇਗੀ ਹਾਂਜੀ ਮੇਰੇ ਤੇ ਪਈ ਹਰੇਕ लाठी ਭਾਰਤ ਵਿੱਚ ਬ੍ਰਿਟਿਸ਼ ਹਕੂਮਤ ਦੇ ਤਾਬੂਕ ਵਿੱਚ ਇੱਕ ਮੇਕ ਠੋਕਣ ਦਾ ਕੰਮ ਕਰੇਗੀ ਇਹ ਕਿਹਾ ਸੀ ਲਾਲਾ ਰਾਜਪਤ ਰਾਏ ਜੀ ਨੇ অপਸ਼ਨ ਨੰਬਰ ੜਾ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਭਗਤ ਸਿੰਘ ਤੇ ਵੀ ਕੇ दत्त ਨੇ ਸੈਂਟਰਲ ਲੈਜਿਸਲੇਟਿਵ ਅਸੈਂਬਲੀ ਦੇ ਵਿੱਚ ਕਿਸ ਬਿੱਲ ਦੇ ਵਿਰੋਧ ਵਿੱਚ ਬੰਬ ਸੁੱਟਿਆ ਸੀ ਹਾਂਜੀ ਭਗਤ ਸਿੰਘ ਤੇ ਵੀ ਕੇ दत्त ਨੇ ਸੈਂਟਰਲ ਲੈਜਿਸਲੇਟਿਵ ਅਸੈਂਬਲੀ ਦੇ ਵਿੱਚ ਪਬਲਿਕ ਸੇਫਟੀ ਬਿੱਲ ਅਤੇ ਟ੍ਰੇਡ ਡਿਸਪਿਊਟ ਬਿੱਲ ਦੇ ਵਿਰੋਧ ਵਿੱਚ ਬੰਬ ਸੁੱਟਿਆ ਸੀ ਆਪਸ਼ਨ ਨੰਬਰ E ਇਸ ਦਾ ਰਾਈਟ ਆਨਸਰ ਉਪਰੋਕਤ ਦੋਵੇਂ ਠੀਕ ਹੈ ਪਬਲਿਕ ਪਬਲਿਕ ਸੇਫਟੀ ਇੱਥੇ ਮਿਸਟੇਕ ਆ ਪਬਲਿਕ ਸੇਫਟੀ ਵਿਲ ਅਤੇ ਟ੍ਰੇਡ ਡਿਸਪਿਊਟ ਵਿਲ ਨੈਕਸਟ ਕੁਐਸ਼ਨ ਪਹਿਲੇ ਲਾਹੌਰ ਸਾਜ਼ਿਸ਼ ਕੇਸ ਦੇ ਵਿੱਚ ਕਿਸ ਕ੍ਰਾਂਤੀਕਾਰੀ ਨੂੰ ਦੋਸ਼ੀ ਸਿੱਧ ਕਰਕੇ ਫਾਂਸੀ ਚੜਾਇਆ ਗਿਆ ਸੀ ਹਾਂਜੀ ਪਹਿਲੇ ਲਾਹੌਰ ਸਾਜ਼ਿਸ਼ ਕੇਸ ਦੇ ਵਿੱਚ ਕਿਹੜੇ ਕ੍ਰਾਂਤੀਕਾਰੀ ਨੂੰ ਦੋਸ਼ੀ ਕਰਕੇ ਫਾਂਸੀ ਚੜਾਇਆ ਗਿਆ ਸੀ ਕਰਤਾਰ ਸਿੰਘ ਸਰਾਬਾ ਨੂੰ ਆਪਸ਼ਨ ਨੰਬਰ ਏ ਆਇਜ਼ ਦਾ ਰਾਈਟ ਆਂਸਰ ਨੈਕਸਟ ਕੁਐਸ਼ਨ ਇਹਨਾਂ ਦੇ ਵਿੱਚੋਂ ਕਿਹੜਾ ਕਥਨ ਸਹੀ ਆ हां जी ਕਿਹੜਾ ਕਥਨ ਸਹੀ ਹੈ ਸਭ ਤੋਂ ਪਹਿਲਾਂ ਸੀ ਰੀਡ ਕਰ ਲੈਣੇ ਆ ਮਦਨ ਲਾਲ ਢੇਂਗਰਾ ਨੂੰ ਸਰ ਵਿਲੀਅਮ ਕਰਜ਼ਨ ਵਿਲੀ ਨੂੰ ਗੋਲੀ ਮਾਰ ਕੇ ਮਾਰਨ ਕਰਕੇ ਜੁਲਾਈ 1909 ਵਿੱਚ ਫਾਂਸੀ ਦਿੱਤੀ ਗਈ हां जी ਬਿਲਕੁਲ ਰਾਈਟ ਆ ਅਗੇ ਭਗਤ ਸਿੰਘ RAM ਗੁਰੂ ਤੇ ਸੁਖਦੇਵ ਨੂੰ 1928 ਵਿੱਚ ਲਾਹੌਰ ਵਿੱਚ ਸਾਂਡਰਸ ਨੂੰ ਮਾਰਨ ਕਰਕੇ 23 ਮਾਰਚ 1931 ਨੂੰ ਫਾਂਸੀ ਦਿੱਤੀ ਗਈ ਸੀ ਇਹ ਵੀ ਬਿਲਕੁਲ ਰਾਈਟ ਆ ਆਪਸ਼ਨ ਨੰਬਰ ਊੜਾ ਇਸ ਦਾ ਰਾਈਟ ਆਨਸਰ ਉਪਰੋਕਤ ਦੋਵੇਂ ਹੀ ਨੈਕਸਟ ਕੁਐਸ਼ਨ ਜਿਲਿਆਂ ਵਾਲੇ ਬਾਗ ਦੇ ਹੱਤਿਆਕਾਂਡ ਲਈ ਬ੍ਰਿਟਿਸ਼ ਸਰਕਾਰ ਨੇ ਕਿਹੜੀ ਜਾਂਚ ਕਮੇਟੀ ਬਣਾਈ ਸੀ ਹਾਂਜੀ ਜਿਲਿਆਂ ਵਾਲੇ ਬਾਗ ਦੇ ਹੱਤਿਆਕਾਂਡ ਦੇ ਲਈ ਬ੍ਰਿਟਿਸ਼ ਸਰਕਾਰ ਨੇ ਹੰਟਰ ਕਮਿਸ਼ਨ ਦੀ ਜਾਂਚ ਕਮੇਟੀ ਬਣਾਈ ਸੀ ਆਪਸ਼ਨ ਨੰਬਰ ਈ ਇਸ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਪੁਰਾਤਨ ਭਾਰਤ ਦੀ ਤਕਸ਼ੀਲਾ ਯੂਨੀਵਰਸਿਟੀ ਤੈਕਸਲਾ ਪੰਜਾਬ ਵਿੱਚ ਕਿੱਥੇ ਸਥਿਤ ਆ ਹਾਂਜੀ ਪਰਾਚੀਨ ਭਾਰਤ ਦੀ ਤਖਸੀਲਾ ਯੂਨੀਵਰਸਿਟੀ ਪੰਜਾਬ ਦੇ ਵਿੱਚ ਕਿੱਥੇ ਸਥਿਤ ਸੀ ਲਿਖਿਆ ਠੀਕ ਹੈ ਕਿੱਥੇ ਸਥਿਤ ਸੀ ਜ਼ਿਲ੍ਹਾ 라ਵਲਪਿੰਡੀ ਦੇ ਵਿੱਚ ਜਿਹੜੀ ਕਿ ਉਹਨਾਂ ਪਾਕਿਸਤਾਨ ਦੇ ਵਿੱਚ ਆਪਸ਼ਨ ਨੰਬਰ 8 ਇਸ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਜ਼ਿਲ੍ਹਿਆਂ ਵਾਲੇ ਬਾਗ ਵਿੱਚ ਕਿੰਨੇ ਲੋਕ ਮਾਰੇ ਗਏ ਸਨ हां जी जिल्ल्याਾਂ ਵਾਲੇ ਬਾਗ ਦੇ ਵਿੱਚ ਟੋਟਲ 379 ਲੋਕ ਮਾਰੇ ਗਏ ਸੀ অপਸ਼ਨ ਨੰਬਰ ਈ ਡੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਸਭ ਤੋਂ ਪਹਿਲਾਂ ਸਿੱਖ ਰਾਜ ਕਿਸ ਨੇ ਸਥਾਪਿਤ ਕੀਤਾ ਸੀ हां जी ਸਭ ਤੋਂ ਪਹਿਲਾਂ ਸਿੱਖ ਰਾਜ ਸਥਾਪਿਤ ਕੀਤਾ ਸੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਿੱਖ ਰਾਜ ਦੀ ਗੱਲ ਹੋ ਰਹੀ ਆ ਸਿੱਖ ਧਰਮ ਦੀ ਨਹੀਂ ਜੇਕਰ ਸਿੱਖ ਧਰਮ ਲਈ ਕਿਹਾ ਜੇ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤਾਂ ਸਿੱਖ ਰਾਜ ਦੀ ਸਥਾਪਨਾ ਕੀਤੀ ਸੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ অপਸ਼ਨ ਨੰਬਰ ਈ ਡੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਹੜੱप्पा ਸਭਿਅਤਾ ਦਾ ਦੌਰ ਸੀ ਹਾਂਜੀ ਹੜੱप्पा ਸਭਿਅਤਾ ਦਾ ਦੌਰ ਕਿਹੜਾ ਸੀ 2600 ਤੋਂ ਲੈ ਕੇ 1900 ਈਸਾ ਪੂਰਵ ਆ ਜਿਹੜਾ ਇਹ ਹੜੱप्पा ਸਭਿਅਤਾ ਦਾ ਦੌਰ ਸੀ ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਂਸਰ ਨੈਕਸਟ ਵੈਦਿਕ ਸਭਿਅਤਾ ਦਾ ਦੌਰ ਕਿਹੜਾ ਸੀ ਹਾਂਜੀ ਵੈਦਿਕ ਸਭਿਅਤਾ ਦਾ ਦੌਰ ਕਿਹੜਾ ਸੀ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਂਸਰ 1500 ਤੋਂ 1000 ਈਸਾ ਪੂਰਵ অপশন নম্বর ই ইজ দা রাইট আনসার ঠিক এ বেদিক সভ্যতা ਦਾ ਦੌਰ ਸੀ ਨੈਕਸਟ 500 ਤੋਂ 550 ਤੋਂ 515 ਇਸਾ ਪੂਰਵ ਵਿੱਚ ইরਾਨੀਆਂ ਨੇ ਕਿਹੜੇ ਦਰਿਆ ਦੇ ਲੈਹਂਦੇ ਵਾਲੇ ਪਾਸਿਓਂ ਪੰਜਾਬ ਤੇ ਹਮਲਾ ਕੀਤਾ ਸੀ ਸਿੰਦੂ ਦਰਿਆ ਦੀ অপਸ਼ਨ ਨੰਬਰ ਊੜਾ ਇਜ਼ ਦਾ ਰਾਈਟ ਆਨਸਰ ਹਾਂਜੀ ਇਸ ਦੇ ਨਾਲ ਹੀ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਆ ਕੱਲ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ ਪਾਰਟ 5 ਤੇ ਉਸ ਦੇ ਵਿੱਚ ਅੱਗੇ ਅਸੀਂ ਕੁਐਸਚਨਸ ਕਰਾਂਗੇ ਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ